ओम शांति आज है 31 5 2022 दी साकार बापदादा जी दी मुरली आज बापदादा जी ने आख्या मीठे बच्चे ਤੁਹਾਨੂੰ शुद्ध नशा ਹੋਣਾ ਚਾਹੀਦਾ ਏ ਕਿ ਅਸੀਂ ਸ਼੍ਰੀਮਤ ਤੇ ਆਪਣੇ ਹੀ ਤਨ ਮਨ ਤਨ ਦੇ ਨਾਲ ਖਾਸ ਭਾਰਤ ਆਮ ਸਾਰੀ ਦੁਨੀਆ ਨੂੰ ਸਵਰਗ ਬਣਾਉਣ ਦੀ ਸੇਵਾ ਕਰ ਰਹੇ ਸਨ ਅੱਜ ਦੀ ਮੁਰਲੀ ਦਾ ਪ੍ਰਸ਼ਨ ਹੈਗਾ ਤੁਸੀਂ ਬੱਚਿਆਂ ਵਿੱਚ ਸਭ ਤੋਂ ਸੋਭਾਗਿਆਸ਼ਾਲੀ ਕਿਹੜੇ ਸਨ ਉੱਤਰ ਹੈਗਾ ਜਿਹੜੇ ਗਿਆਨ ਨੂੰ ਚੰਗੀ ਤਰ੍ਹਾਂ ਤਾਰਨ ਕਰਦੇ ਅਤੇ ਦੂਜਿਆਂ ਨੂੰ ਵੀ ਕਰਨਦੇ ਸਨ ਉਹ ਸਭ ਤੋਂ ਜ਼ਿਆਦਾ ਭਾਗਿਆਸ਼ਾਲੀ ਸਨ ਉਹ ਸੋਭਾਗਿਆ ਪਾਰਤਵਾਸੀ ਬੱਚਿਆਂ ਦਾ ਜਿਨ੍ਹਾਂ ਨੇ ਸਵੈਮ ਭਗਵਾਨ ਨੂੰ ਬੈ ਕੇ ਭਗਵਾਨ ਤੋਂ ਬੈ ਕੇ ਰਾਜਯੋਗ ਸਿੱਖਿਆ ਤੁਸੀਂ ਸੱਚੇ ਸੱਚੇ ਮੁਖ ਵੰਸ਼ਾਵਲੀ ਬ੍ਰਾਹਮਣੋਂ ਤੁਹਾਡਾ ਇਹ ਝਾੜ ਤੀਰੇ ਤੀਰੇ ਵਧਦਾਏ ਘਰ ਘਰ ਨੂੰ ਸਵਰਗ ਬਣਾਉਣ ਦੀ ਸੇਵਾ ਤੁਸੀਂ ਹੀ ਕਰਦੇ ਹੋ ਓਮ ਸ਼ਾਂਤੀ ਬੱਚੇ ਸਮਝਦੇ ਹਨ ਕਿ ਅਸੀਂ ਸੇਨਾ ਹਾਂ ਤੁਹਾਨੂੰ ਸਭ ਤੋਂ ਪਾਵਰਫੁਲ ਬਾਪ ਸਰਵਸ਼ਕਤੀਵਾਨ ਬਾਪ ਮਿਲਿਆ ਏ ਤਾਂ ਤੁਸੀਂ ਹੋ ਗਏ ਸ਼ਿਵ ਸ਼ਕਤੀ ਸੇਨਾ ਇੰਨਾ ਨਸ਼ਾ ਚੜ੍ਹਨਾ ਚਾਹੀਦਾ ਏ ਬਾਪ ਇੱਥੇ ਆਂਦੇ ਨੇ ਨਸ਼ਾ ਚੜਹੰਦੇ ਸਨ ਘਰ ਵਿੱਚ ਜਾਣ ਨਾਲ ਫਿਰ ਭੁੱਲ ਜਾਂਦੇ ਸਨ ਤੁਸੀਂ ਸ਼ਿਵ ਸ਼ਕਤੀ ਸੇਨਾ ਕੀ ਕਰ ਰਹੇ ਹੋ ਸਾਰੀ ਦੁਨੀਆ ਜਿਹੜੇ ਰਾਵਣ ਦੀ ਜੰਜੀਰਾਂ ਵਿੱਚ ਬੰਦੀ ਹੋਈ ਸੀ ਉਹਨਾਂ ਨੂੰ ਆ ਕੇ छुड़ांदे ਹੋ ਐਥੇ ਸਾਰੇ ਸ਼ੋਕ ਬਾਟਿਕਾ ਵਿੱਚ ਸਨ ਪਰ 에ਰੋਪਲੇਨ ਵਿੱਚ ਕੁਮਦੇ ਸਨ ਪਰ ਹੈ ਹੁੰਦੇ ਤੇ ਨਰਕ ਵਿੱਚ ਹੀ ਨੇ ਨਾ ਵੱਡੇ ਵੱਡੇ ਮਕਾਨ ਬਣਾਉਂਦੇ ਨੇ ਸਾਰੇ ਇੱਥੇ ਹੀ ਖਤਮ ਹੋਣ ਵਾਲੇ ਨੇ ਇਸ ਨੂੰ ਕਿਹਾ ਜਾਂਦਾ ਹੈ ਮਿਰਗ ਤ੍ਰਿਸ਼ਣਾ ਸਮਾਨ ਰਾਜ ਪਰ ਬਾਹਰ ਵਿੱਚ ਵੇਖਣ ਨਾਲ ਪੱਬਕਾ ਬਹੁਤ ਏ ਪਰ ਅੰਦਰ ਪੋਲਮ ਪੋਲੇ ਦ੍ਰੋਪਦੀ ਦਾ ਵੀ ਮਿਸਾਲ ਦਿੱਤਾ ਜਾਂਦਾ ਏ ਬਾਪ ਆਖਦੇ ਸਨ ਮੈਂ ਜਦੋਂ ਆਨਾ ਹਾਂ ਤਾਂ ਇਹੀ ਸਭ ਕੁਝ ਤੁਹਾਨੂੰ ਆ ਕੇ ਦੱਸਦਾ ਹਾਂ ਜੋ ਹੁਣ ਤੁਸੀਂ ਵੇਖ ਰਹੇ ਹੋ ਪਾਰਟੀਸ਼ਨ ਵਿੱਚ ਵੀ ਦੇਖੋ ਕੀ ਕੁਝ ਨਹੀਂ ਹੋਇਆ ਬਾਕੀ ਲੜਾਈ ਦੇ ਮੈਦਾਨ ਦੀ ਗੱਲ ਨਹੀਂ ਹੈਗੀ ਇਹ ਰੱਥ ਹੈ ਜਿਸ ਵਿੱਚ ਸ਼ਿਵ ਬਾਬਾ ਵਿਰਾਜਮਾਨ ਹੋ ਬਹਿ ਕੇ ਬੱਚਿਆਂ ਨੂੰ ਗਿਆਨ ਸੁਣਾਉਂਦੇ ਸਨ ਤੁਸੀਂ ਭਾਰਤ ਦੀ ਸੇਵਾ ਕਰ ਰਹੇ ਹੋ ਜਿਹੜੇ ਵੀ ਤਿਉਹਾਰ ਸਨ ਇਸ ਭਾਰਤ ਵਿੱਚ ਹੀ ਮਨਾਏ ਜਾਂਦੇ ਸਨ ਉਹ ਸਭ ਹੁਣ ਹੀ ਦੇ ਨੇ ਤੀਜਰੀ ਦੀ ਕਥਾ ਗੀਤਾ ਦੀ ਕਥਾ ਸ਼ਿਵ ਪੁਰਾਣ ਦੀ ਕਥਾ ਰਾਮਾਇਣ ਦੀ ਕਥਾ ਆਦਿ ਸਾਰੇ ਇਸ ਸਮਾਂ ਦੇ ਲਈ ਹੀ ਬਹਿ ਬਣਾਏ ਸਨ ਸਤਿਯੁਗ ਤ੍ਰੇਤਾ ਵਿੱਚ ਇਹ ਗੱਲਾਂ ਨਹੀਂ ਹੋ ਸਨ ਬਾਅਦ ਵਿੱਚ ਸ਼ਾਸਤਰ ਬਣਨਾ ਸ਼ੁਰੂ ਕੀਤੇ ਨੇ ਫੇਰ ਤਾਂ ਫਿਰ ਵੀ ਉਹ ਤਾਂ ਫਿਰ ਵੀ ਬਨਣਗੇ ਤੁਸੀਂ ਬੱਚਿਆਂ ਨੇ ਸਭ ਸਮਝ ਲਿੱਤਾ ਹੈ ਅੱਗੇ ਤੇ ਬਿਲਕੁਲ ਗੋਰੰਧੇਰੇ ਵਿੱਚ ਸੀ ਇਸ ਸਮਾਂ ਕੋਈ ਵੀ ਸ੍ਰਿਸ਼ਟੀ ਚੱਕਰ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹੁਣ ਤੁਸੀਂ ਬੱਚਿਆਂ ਨੂੰ ਸ਼ੁੱਧ ਅਹੰਕਾਰ ਹੋਣਾ ਚਾਹੀਦਾ ਏ ਕਿ ਅਸੀਂ ਆਪਣੇ ਹੀ ਤਨ ਮਨ ਤਨ ਦੇ ਨਾਲ ਭਾਰਤ ਦੀ ਸੇਵਾ ਕਰ ਰਹੇ ਹਾਂ ਖਾਸ ਭਾਰਤ ਆਮ ਸਾਰੀ ਦੁਨੀਆ ਦੀ ਸੇਵਾ ਕਰਦੇ ਹਾਂ ਬਾਪ ਜੀ ਦੀ ਮਦਦ ਨਾਲ ਅਸੀਂ ਮੁਕਤੀ ਜੀਵਨ ਮੁਕਤੀ ਦਾ ਰਾਸਤਾ ਸਭ ਨੂੰ ਦੱਸਦੇ ਹਾਂ ਤੁਸੀਂ ਸ਼੍ਰੀਮਤ ਤੇ ਇਹ ਸੇਵਾ ਕਰਦੇ ਹੋ ਸ਼੍ਰੀਮਤ ਸਣ ਸ਼ਿਵ ਬਾਬਾ ਦੀ ਪਰੰਤੂ ਸ਼ਿਵ ਦਾ ਨਾਮ ਗੁੰਮ ਕਰ ਦਿੱਤਾ ਏ ਬਾਕੀ ਬ੍ਰਹਮਾ ਦੀ ਮਤ ਅਤੇ ਸ਼੍ਰੀਕ੍ਰਿਸ਼ਨ ਦੀ ਮਤ ਵਿਖਾਈ ਹੋਈ ਏ ਸੋ ਵੀ ਕ੍ਰਿਸ਼ਨ ਨੂੰ ਦੁਆਪਰ ਵਿੱਚ ਲੈ ਗਏ ਸਨ ਤੁਸੀਂ ਭਾਰਤ ਨੂੰ ਸਵਰਗ ਅਥਾ ਅਰਥਾਤ ਈਰੇ ਜਹਾਂ ਬਣਾਉਂਦੇ ਹੋ ਪਰੰਤੂ ਹੋ ਕਿੱਡੇ ਸਧਾਰਨ ਕੋਈ ਕਮੰਡ ਨਹੀਂ ਤੁਹਾਨੂੰ ਇੱਥੇ ਆਪਣਾ ਸਭ ਕੁਝ ਸੁਆਹਾ ਕਰਨਾ ਪਵੇ। گویا ਸ਼ਿਬਾਬਾ ਉੱਤੇ ਪੂਰਾ ਪੂਰਾ ਬਲੀ ਚੜਨਾ ਪਵੇ। ਤਾਂ ਸ਼ਿਬਾਬਾ ਫਿਰ 21 ਜਨਮਾਂ ਲਈ ਬਲੀ ਚੜਦੇ ਸਣ। ਬਾਬਾ ਐਵੇਂ ਨਹੀਂ ਆਖਦੇ ਕਿ ਕਰਸਤ ਵਿਵਹਾਰ ਨੂੰ ਨਾ ਸੰਭਾਲੋ, ਉਹ ਵੀ ਸੰਭਾਲਣਾ ਏ। ਪਰੰਤੂ ਸ਼੍ਰੀਮਤ ਤੇ ਚੱਲਣਾ ਪਵੇ। ਅਵਿਨਾਸ਼ੀ ਸਰਜੰਤੋਂ ਕੁਝ ਵੀ ਛਿਪਾਣਾ ਨਹੀਂ। ਗਾਇਆ ਵੀ ਜਾਂਦਾ ਏ ਗੁਰੂ ਬਗੈਰ ਕੋ ਰੰਦੇਰਾ ਐ ਬ੍ਰਹਮਾ ਦਾਦਾ ਵੀ ਆਖਦੇ ਸਨ ਕਿ ਸ਼ਿਵ ਬਾਬਾ ਬਗੈਰ ਅਸੀਂ ਔਰ ਤੁਸੀਂ ਬਿਲਕੁਲ ਗੋਰ ਅੰਧੇਰੇ ਵਿੱਚ ਸੀ ਉਹ ਤਾਂ ਸ਼ਿਵ ਸ਼ੰਕਰ ਨੂੰ ਮਿਲਾ ਦਿੰਦੇ ਸਨ ਬ੍ਰਹਮਾ ਕੌਣ ਹੈਗਾ ਕਦੋਂ ਆਉਂਦੇ ਸਨ ਕੀ ਆਕਰ ਕਰਦੇ ਸਨ ਹਰ ਇੱਕ ਗੱਲ ਸਮਝਣੀ ਚਾਹੀਦੀ ਏ ਜਾਨਵਰ ਤਾਂ ਨਹੀਂ ਸਮਝਣਗੇ ਨਾ ਹੁਣ ਤੁਸੀਂ ਬੱਚੇ ਨੰਬਰ ਵਾਰ ਪੁਰਸ਼ਾਰਤ ਅਨੁਸਾਰ ਜਾਣ ਗਏ ਹੋ ਵਿਦਵਾਨ ਪੰਡਤ ਆਦ ਕੋਈ ਵੀ ਨਹੀਂ ਜਾਣਦੇ ਕਿ ਸਤਗੁਰੂ ਬਗੈਰ ਗੋਰੰਦੇ ਰਾਹੇ ਗੁਰੂ ਲੋਗ ਵੀ ਬਹੁਤ ਸਣ ਸਾਰਿਆਂ ਦਾ ਸਤਗੁਰੂ ਤਾਂ ਇੱਕ ਹੀ ਸਣ ਜਿਸ ਨੂੰ ਵਿਕਸ਼ਪਤੀ ਵੀ ਆਖਦੇ ਸਣ ਤਾਂ ਤੁਸੀਂ ਬੱਚਿਆਂ ਨੂੰ ਨਸ਼ਾ ਚੜ੍ਹਨਾ ਚਾਹੀਦਾ ਏ ਇਹ ਦੁਨੀਆ ਨੂੰ ਜਿਹੜੇ ਤੁਸੀਂ ਇਨ ਅੱਖਾਂ ਤੋਂ ਵੇਖਦੇ ਹੋ ਉਹ ਕੁਝ ਵੀ ਨਹੀਂ ਰਹੇਗਾ ਜੋ ਕੁਝ ਵੀ ਤੁਸੀਂ ਬੁੱਧੀ ਤੋਂ ਜਾਣਦੇ ਹੋ ਉਹੀ ਹੋ ਰਹਿਣਾ ਏ ਤੋ ਐਸ ਪੁਰਾਣੀ ਦੁਨੀਆ ਤੋਂ ਮਮਤਵ ਮਿਟਾ ਦੇਣਾ ਚਾਹੀਦਾ ਏ ਬੱਚਿਆਂ ਦੀ ਵੀ ਸੰਭਾਲ ਕਰਨੀ ਏ ਬਾਬਾ ਨੂੰ ਕਿੰਨੇ ਢੇਰ ਬਾਲ ਬੱਚੇ ਸਨ ਕੋਈ ਤਾਂ ਆਖਦੇ ਸਨ ਬਾਬਾ ਅਸੀਂ ਆਪ ਦਾ ਆਪ ਜੀ ਦਾ ਦੋ ਮਾਂ ਦਾ ਬੱਚਾ ਹਾਂ ਕੋਈ ਆਖਦੇ ਸਨ ਇੱਕ ਮਾਂ ਦਾ ਬੱਚਾ ਹਾਂ ਇੱਕ ਮਾਂ ਦੇ ਬੱਚੇ ਵੀ ਛੱਟ ਧਾਰਣ ਕਰ ਇਕਦਮ ਜਵਾਨ ਹੋ ਜਾਂਦੇ ਸਨ ਕਈ ਤਾਂ 2 ਸਾਲ ਵਾਲੇ ਵੀ ਜੰਮੜੇ ਹੀ ਬੋਣੇ ਹੀ ਬਣ ਜਾਂਦੇ ਸਨ ਇੱਥੇ ਤੁਸੀਂ ਜਾਣਦੇ ਹੋ ਇਹ ਨਵਾਂ ਝਾੜ ਲੱਗ ਰਿਹਾ ਏ ਧੀਰੇ ਧੀਰੇ ਵਿਰਧੀ ਨੂੰ ਪਾਉਂਦਾ ਏ ਪਹਿਲਾਂ ਜ਼ਰੂਰ ਨਵੇਂ ਪੱਤੇ ਨਿਕਲਣਗੇ ਬਾਅਦ ਵਿੱਚ ਫੁੱਲ ਨਿਕਲਣਗੇ ਇੱਥੇ ਹੀ ਫੁੱਲ ਬਣਨਾ ਏ ਉੱਥੇ ਤਾਂ ਸਾਰੇ ਫੁੱਲ ਹੀ ਫੁੱਲ ਸਨ ਇੱਥੇ ਕੋਈ ਗੁਲਾਬ ਕੋਈ ਚੰਪਾ ਦੇ ਫੁੱਲ ਬਣਦੇ ਸਨ ਜਿਵੇਂ ਜਿਵੇਂ ਧਾਰਨਾ ਉਵੇਂ ਦਾ ਪਦ ਮਿਲ ਜਾਂਦਾ ਏ ਉਥੇ ਫੁੱਲਾਂ ਦੀ ਗੱਲ ਨਹੀਂ ਹੈਗੀ ਉਥੇ ਗੱਲ ਹੈਗੀ ਮਰਤਬੇ ਦੀ ਪਦ ਦੀ ਤਾਂ ਇਹ ਨਿਸ਼ਾ ਰਹਿਣਾ ਚਾਹੀਦਾ ਏ ਕਿ ਅਸੀਂ ਇਨ ਅੱਖਾਂ ਤੋਂ ਪਵਿੱਤਰ ਸ਼ਿਵਾਲੇ ਸਵਰਗ ਵੇਖਾਂਗੇ ਅੱਦਾ ਕਲਪ ਸਿਰਫ ਆਖਦੇ ਸਨ ਫਲਾਣਾ ਸਵਰਗ ਪਹਾਰਿਆ ਉਹ ਕਾਮਨਾ ਪ੍ਰੈਕਟੀਕਲ ਵਿੱਚ ਹੁਣ ਬਾਪ ਪੂਰੀ ਕਰਦੇ ਸਨ ਹੁਣ ਤੁਸੀਂ ਬਾਪ ਦੇ ਬੱਚੇ ਬਣੇ ਹੋ ਭਾਰਤ ਦਾ ਖਾਨਾ ਆਬਾਦ ਹੋ ਜਾਂਦਾ ਏ 33 ਕਰੋੜ ਦੇਵਤਾ ਵੀ ਇੱਥੇ ਹੀ ਗਏ ਜਾਂਦੇ ਸਨ ਹੁਣ ਤੁਸੀਂ ਸੱਚੇ ਸੱਚੇ ਬ੍ਰਹਮਾ ਮੁਖ ਵੰਚਾਵਲੀ ਬ੍ਰਾਹਮਣ ਬਣੇ ਹੋ ਤੁਸੀਂ ਜਾਣਦੇ ਹੋ ਸੰਗਮ ਯੁਗ ਤੇ ਸਤਿਯੁਗ ਦੀ ਰਚਨਾ ਕਿਵੇਂ ਹੁੰਦੀ ਏ ਇਹ ਕੋਈ ਹੋਰ ਨਹੀਂ ਜਾਣਦੇ ਬੈਰਿਸਟਰ ਪੜ੍ਹਾਏਗਾ ਤਾਂ ਬੈਰਿਸਟਰ ਹੀ ਬਣਾਵੇਗਾ ਭਗਵਾਨੀ ਆਕੇ ਸਹਿਜ ਰਾਜਯੋਗ ਸਿਖਾਉਂਦੇ ਸਨ ਉਹੋ ਸੁਭਾਗਯ ਭਾਰਤ ਵਾਸੀ ਬੱਚਿਆਂ ਦਾ ਤੁਹਾਡੇ ਵਿੱਚ ਵੀ ਸੁਭਾਗਯਸ਼ਾਲੀ ਉਹ ਸਨ ਜੋ ਚੰਗੀ ਰੀਤੀ ਧਾਰਨਾ ਕਰਕੇ ਦੂਜਿਆਂ ਨੂੰ ਧਾਰਨਾ ਕਰਾਂਦੇ ਸਨ ਅੱਗੇ ਚੱਲ ਕੇ ਉਹ ਬਹੁਤ ਘਰ ਸਵਰਗ ਬਣਨਗੇ ਝਾੜ ਵੱਧਦਾ ਜਾਵੇਗਾ ਮਿਹਨਤੇ ਜਿੰਨਾ ਉੱਚਾ ਜਾਵਾਂਗੇ ਉੰਨਾ ਮਾਇਆ ਦੇ ਤੂਫਾਨ ਵੀ ਜ਼ੋਰ ਤੋਂ ਲੱਗਣਗੇ ਪਾੜੀ ਤੋਂ ਵੀ ਜਿੰਨਾ ਉੱਚੀ ਜਾਂਦੇ ਆ ਉਹਨਾਂ ਤੂਫਾਨ ਠੰਡੀ ਆਦੀ ਦਾ ਸਾਹਮਣਾ ਕਰਨਾ ਪੈਂਦਾ ਏ ਸੇਵਾ ਵਿੱਚ ਵੀ ਜਿੰਨਾ ਟਾਈਮ ਮਿਲੇ ਉਹਨਾਂ ਚੰਗਾਏ ਐਡਵਰਟਾਈਜ਼ਮੈਂਟ ਕਰਦੇ ਰੋ ਜਿਹੜਾ ਜੋ ਦਿਲ ਤੋਂ ਰਾਏ ਆਵੇ ਉਹ ਦੱਸੋ ਕਿ ਐਵੇਂ ਐਵੇਂ ਕਰਨਾ ਚਾਹੀਦਾ ਏ ਬਾਬਾ ਆਖਣਗੇ ਪਹਿਲੇ ਕਰੋ ਵਿਚਾਰੇ ਮਨੁੱਖ ਬੜੇ ਦੁਖੀ ਸਨ ਇਸ ਸਮਾ ਸਭ ਤਮੋਂ ਪ੍ਰધાન ਬਣ ਪਏ ਨੇ ਕੋਈ ਵੀ ਚੀਜ਼ ਸੱਚੀ ਨਹੀਂ ਸਨ ਝੁੱਠੀ ਮਾਇਆ ਝੁੱਠੀ ਕਾਇਆ ਝੁੱਠਾ ਸਭ ਸੰਸਾਰ ਹੁਣ ਤੁਸੀਂ ਬੱਚੇ ਸਵਰਗ ਵਾਸੀ ਬਣਦੇ ਹੋ ਗੀਤ ਹੈਗਾ ਨਵੀਂ ਉਮਰ ਦੀ ਕਲੀਆਂ ਪਿਆਰੀ ਇਸ ਗੀਤ ਵਿੱਚ ਸੀਤਾ ਦੀ ਮਹਿਮਾ ਕਰਦੇ ਸਨ ਜਿਸ ਦੇਸ਼ ਵਿੱਚ ਸੀਤਾ ਸੀ ਉਹ ਦੇਸ਼ ਪਵਿੱਤਰ ਸੀ ਉਸ ਦੇਸ਼ ਵਿੱਚ ਫਿਰ ਰਾਵਣ ਕਿੱਥੋਂ ਆਇਆ ਵੰਡਰ ਤੋਂ ਇਹ ਹੈਗਾ ਫਿਰ ਆਖਦੇ ਸਨ ਬੰਦਰਾਂ ਦੀ ਸੈਨਾ ਲੀਤੀ ਹੁਣ ਬੰਦਰਾਂ ਦੀ ਸੈਨਾ ਕਿੱਥੋਂ ਆਈ ਇੱਥੇ ਤਾਂ ਮਨੁਸ਼ਿਆਂ ਦਾ ਹੀ ਲਸ਼ਕਰ ਸਨ ਗੌਰਮਿੰਟ ਬੰਦਰਾਂ ਦਾ ਲਖਸ਼ਰ ਲਖਸ਼ਰ ਥੋੜੇ ਹੀ ਲੈਂਦੀ ਸਨ ਫਿਰ ਉੱਥੇ ਬੰਦਰਾਂ ਦੀ ਸੈਨਾ ਕਿਵੇਂ ਲਵੇਗੀ ਇਹ ਵੀ ਸਮਝਦੇ ਨਹੀਂ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰੇ ਸੰਪੂਰਨ ਬਣਨ ਦੇ ਲਈ ਯਾਦ ਦੀ ਯਾਤਰਾ ਵਿੱਚ ਆਪਣੇ ਵਿਕਰਮਾਂ ਦਾ ਬੋਝ ਉਤਾਰਨਾ ਹੈ ਸੱਚੇ ਮੈਨਰਸ ਧਾਰਨ ਕਰਨੇ ਨੇ ਸਭਿਤਾ ਫਜ਼ੀਲਤ ਨਾਲ ਵਿਹਾਰ ਕਰਨਾ ਹੈ ਬਹੁਤ ਘੱਟ ਬੋਲਣਾ ਹੈ ਕਦੇ ਵੀ ਕਿਸੇ ਗੱਲ ਵਿੱਚ ਸੰਸ਼ਯ ਬੁੱਧੀ ਨਹੀਂ ਬਨਣਾ ਭਾਰਤ ਨੂੰ ਸਵਰਗ ਬਣਾਉਣ ਦੀ ਸੇਵਾ ਵਿੱਚ ਆਪਣਾ ਸਭ ਕੁਝ ਸਫਲ ਕਰਨਾ ਹੈ ਸ਼ਿਵ ਬਾਬਾ ਉਤੇ ਪੂਰਾ ਪੂਰਾ ਬਲੀ ਚੜ੍ਹਨਾ ਹੈ ਅੱਜ ਦਾ ਵਰਦਾਨ ਹੈਗਾ ਸਰਵ ਖਜ਼ਾਨਿਆਂ ਨੂੰ ਵਿਧੀ ਪੂਰਵਕ ਜਮਾ ਕਰਨ ਵਾਲੇ ਸੰਪੂਰਨਤਾ ਦੀ ਸਿੱਧੀ ਪ੍ਰਾਪਤ ਕਰਨ ਵਾਲੇ ਸਿੱਧੀ સ્વરૂਪ ਭਵ 63 ਜਨਮ ਸਾਰੇ ਖਜ਼ਾਨੇ ਵਿਅਰਥ ਗਵਾਏ ਸਨ ਹੁਣ ਸੰਗਮ ਯੁਗ ਤੇ ਸਰਵ ਖਜ਼ਾਨਿਆਂ ਨੂੰ yatharth ਵਿਧੀ ਪੂਰਵਕ ਜਮਾ ਕਰੋ ਜਮਾ ਕਰਨ ਦੀ ਵਿਧੀ ਸਣ ਜਿਹੜੇ ਵੀ ਖਜ਼ਾਨੇ ਸਨ ਉਹਨਾਂ ਨੂੰ ਆਪਣੇ ਆਪ ਜੀ ਦੇ ਪ੍ਰਤੀ ਔਰਾਂ ਦੇ ਪ੍ਰਤੀ ਸ਼ੁੱਧ ਵ੍ਰਿਤੀ ਨਾਲ ਕਾਰਜ ਵਿੱਚ ਲਗਾਓ ਸਿਰਫ ਬੁੱਧੀ ਦੇ ਲੋਕਰ ਵਿੱਚ ਜਮਾ ਨਹੀਂ ਕਰਕੇ ਰੱਖੋ ਲੇਕਿਨ ਖਜ਼ਾਨਿਆਂ ਨੂੰ ਕਾਰਜ ਵਿੱਚ ਵੀ ਲਗਾਓ ਉਹਨਾਂ ਨੂੰ ਆਪਣੇ ਆਪ ਜੀ ਦੇ ਪ੍ਰਤੀ ਵੀ ਯੂਜ਼ ਕਰੋ ਨਹੀਂ ਤਾਂ ਲੂਜ਼ ਹੋ ਜਾਣਗੇ ਇਸ ਲਈ ਸਹੀ ਵਿਧੀ ਨਾਲ ਜਮਾ ਕਰੋ ਤਾਂ ਸੰਪੂਰਨਤਾ ਦੀ ਸiddhi ਪ੍ਰਾਪਤ ਕਰ ਸਿੱਧੀ સ્વરૂਪ ਬਣ ਜਾਣਗੇ ਸਲੋਗਨ ਹੈਗਾ ਪਰਮਾਤਮ ਪਿਆਰ ਦਾ ਅਨੁਭਵ ਹੈ ਤਾਂ ਕੋਈ ਵੀ ਰੁਕਾਵਟ ਕਦੇ ਵੀ ਰੋਕ ਨਹੀਂ ਸਕਦੀ ਜੇਕਰ ਪਰਮਾਤਮ ਪਿਆਰ ਦਾ ਅਨੁਭਵ ਹੈ ਤਾਂ ਕਦੇ ਵੀ ਕੋਈ ਵੀ ਰੁਕਾਵਟ ਨਹੀਂ ਰੋਕ ਸਕਦੀ ਓਮ ਸ਼ਾਂਤੀ